ਡਾਕਟਰ ਬਲਦੇਵ ਸਿੰਘ ਬੱਦਨ ਦੁਆਰਾ ਅਨੁਵਾਦਿਤ ਸਾਦਤ ਹਸਨ ਮੰਟੋ ਦਾ ਨਾਵਲ ਜਲਾਲਤ ਦਾ ਪਹਿਲੇ ਭਾਗ ਦਾ ਬਾਕੀ ਹਿੱਸਾ ਪ੍ਰੇਮ ਸ਼ੁਰੂ ਕਰਨ ਦੇ ਲਈ ਉਹਨੇ ਹੋਰ ਵੀ ਬਹੁਤ ਸਾਰੇ ਹੀਲੇ ਕੀਤੇ ਪਰ ਉਹ ਨਾਕਾਮ ਰਿਹਾ ਅੰਤ 'ਚ ਉਹਨੇ ਸੋਚਿਆ ਕਿ ਉਹਨਾਂ ਆਪਣੀ ਗਲੀ 'ਚ ਹੀ ਕੋਸ਼ਿਸ਼ ਕੀਤੀ ਜਾਏ ਇਸ ਤਰ੍ਹਾਂ ਨੇ ਇੱਕ ਦਿਨ ਆਪਣੇ ਕਮਰੇ 'ਚ ਬੈਠ ਕੇ ਗਲੀ ਦੀ ਉਹਨਾਂ ਸਾਰੀਆਂ ਲੜਕੀਆਂ ਦੀ ਸੂਚੀ ਬਣਾਈ ਜਿਨ੍ਹਾਂ ਨਾਲ ਪ੍ਰੇਮ ਕੀਤਾ ਜਾ ਸਕਦਾ ਸੀ ਜਦ ਸੂਚੀ ਤਿਆਰ ਹੋ ਗਈ ਤਾਂ ਨੌ ਲੜਕੀਆਂ ਉਹਦੇ ਸਾਹਮਣੇ ਸਨ ਨੰਬਰ 1 ਹਮੀਦਾ ਨੰਬਰ 2 ਸੁਗਰਾ ਨੰਬਰ 3 ਨੈਮਾ ਨੰਬਰ 4 ਪੁਸ਼ਪਾ ਨੰਬਰ 5 ਬੇਮਲਾ ਨੰਬਰ 6 ਰਾਜਕੁਮਾਰੀ ਨੰਬਰ 7 ਫਾਤਿਮਾ ਔਰ ਫਾਤੋ ਤੇ ਨੰਬਰ 8 ਜ਼ੁਬੈਦਾ ਉਰਫ ਬੀਦੀ ਨੰਬਰ 9 ਇਹਦੇ ਨਾਮ ਬਾਰੇ ਉਹਨੂੰ ਜਾਣਕਾਰੀ ਨਹੀਂ ਸੀ ਇਹ ਲੜਕੀ ਪਸ਼ਮੀਨੇ ਦੇ ਸੌਦਾਗਰਾਂ ਦੇ ਘਰ ਨੌਕਰ ਸੀ ਉਹਨਾਂ ਨੇ ਨੰਬਰ ਵਾਰ ਗੌਰ ਕਰਨਾ ਸ਼ੁਰੂ ਕੀਤਾ ਹਮੀਦਾ ਖੂਬਸੂਰਤ ਸੀ ਬਹੁਤ ਹੀ ਭੋਲੀ ਭਾਲੀ ਲੜਕੀ ਉਮਰ ਮੁਸ਼ਕਲ ਨਾਲ 15 ਸਾਲ ਦੀ ਹੋਏਗੀ ਹਮੇਸ਼ਾ ਮੁਸਕਰਾਉਂਦੀ ਰਹਿੰਦੀ ਸੀ ਬਹੁਤ ਹੀ ਕੋਮਲ ਉਹਨੂੰ ਦੇਖ ਕੇ ਜਿਹਾ ਲੱਗਦਾ ਸੀ ਜਿਵੇਂ ਸਫੈਦ ਸ਼ੱਕਰ ਦੀ ਪੁਤਲੀ ਹੈ ਫੁਰਬੁਰੀ ਜੇ ਹੀ ਉਹਨੂੰ ਹੱਥ ਲਗਾਇਆ ਤਾਂ ਉਹਦੇ ਜਿਸਮ ਦਾ ਕੋਈ ਹਿੱਸਾ ਡਿੱਗ ਪਏਗਾ ਜੇਕਰ ਉਹਨੂੰ ਕਦੀ ਕਹਿੰਦਾ ਹਮੀਦਾ ਮੈਂ ਤੈਨੂੰ ਮੁਹੱਬਤ ਕਰਨਾ ਚਾਹੁੰਨਾ ਤਾਂ ਉਹਨੂੰ ਵਿਸ਼ਵਾਸ ਸੀ ਕਿ ਉਹਦੇ ਦਿਲ ਦੀ ਧੜਕਣ ਬੰਦ ਹੋ ਜਾਂਦੀ ਉਹ ਨੂੰ ਪੌੜੀਆਂ ਉੱਪਰ ਹੀ ਅਜਿਹੀਆਂ ਗੱਲਾਂ ਕਹਿ ਸਕਦਾ ਸੀ ਕਲਪਨਾ ਜੋ ਹਮੀਦਾ ਨੂੰ ਉਸੇ ਜਗ੍ਹਾ ਤੇ ਮਿਲਿਆ ਉਹ ਉਪਰੋਂ ਹੇਠਾਂ ਤੇਜ਼ੀ ਨਾਲ ਉਤਰ ਰਹੀ ਸੀ ਉਹਨੇ ਉਹਨੂੰ ਰੋਕਿਆ ਤੇ ਉਸ ਵੱਲ ਧਿਆਨ ਨਾਲ ਦੇਖਿਆ ਉਹਦਾ ਨੰਨਾ ਜਿਹਾ ਦਿਲ ਸੀਨੇ ਚ ਇਸ ਤਰ੍ਹਾਂ ਫੜਫੜਾਇਆ ਜਿਵੇਂ ਤੇਜ਼ ਹਵਾ ਦੇ ਬੁੱਲੇ ਨਾਲ ਦੀਵੇ ਦੀ ਲੋ ਉਹ ਕੁਝ ਕਹਿ ਨਾ ਸਕਿਆ ਹਮੀਦਾ ਨੂੰ ਉਹ ਕੁਝ ਕਹਿ ਨਹੀਂ ਸਕਦਾ ਸੀ ਉਹ ਇਸ ਯੋਗ ਹੀ ਨਹੀਂ ਸੀ ਕਿ ਉਸ ਨਾਲ ਪ੍ਰੇਮ ਕੀਤਾ ਜਾਏ ਉਹ ਸਿਰਫ ਵਿਆਹ ਦੇ ਯੋਗ ਸੀ ਕੋਈ ਵੀ ਪਤੀ ਉਸ ਲਈ ਟੁਕਾਂ ਸੀ ਕਿਉਂਕਿ ਉਹਦੇ ਸਰੀਰ ਦਾ ਹਰ ਇੱਕ ਜ਼ਰਰਾ ਪਤਨੀ ਸੀ। ਉਹਦੀ ਗਿਣਤੀ ਉਹਨਾਂ ਲੜਕੀਆਂ 'ਚ ਹੋ ਸਕਦੀ ਹੈ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਵਿਆਹ ਦੇ ਬਾਅਦ ਘਰ ਦੇ ਅੰਦਰ ਸਿਮਟ ਕੇ ਰਹਿ ਜਾਂਦੀ ਹੈ। ਜੋ ਬੱਚੇ ਪਿਆਦਾ ਕਰਦੀ ਹੈ ਤੇ ਕੁਝ ਹੀ ਵਰਿਆਂ 'ਚ ਆਪਣਾ ਸਾਰਾ ਰੰਗ ਰੂਪ ਗਵਾ ਦਿੰਦੀ ਹੈ। ਤੇ ਰੰਗ ਰੂਪ ਗਵਾ ਕੇ ਵੀ ਜੀ ਨੂੰ ਆਪਣੇ ਆਪ 'ਚ ਕੋਈ ਖਾਸ ਫਰਕ ਮਹਿਸੂਸ ਨਹੀਂ ਹੁੰਦਾ। ਅਜਿਹੀਆਂ ਲੜਕੀਆਂ ਨਾਲ ਜੋ ਮੁਹੱਬਤ ਦਾ ਨਾਂ ਸੁਣ ਕੇ ਸਮਝਣਗੇ ਉਹਨਾਂ ਤੋਂ ਇੱਕ ਬਹੁਤ ਵੱਡਾ ਗੁਨਾਹ ਹੋ ਗਿਆ ਹੈ। ਉਹ ਮੁਹੱਬਤ ਨਹੀਂ ਕਰ ਸਕਦਿਆ ਸੀ। ਉਹਨੂੰ ਵਿਸ਼ਵਾਸ ਸੀ ਕਿ ਜੇਕਰ ਉਹ ਕਿਸੇ ਦਿਨ ਗਾਲਿਬ ਦਾ ਇੱਕ ਸ਼ੇਰ ਵੀ ਉਹਨੂੰ ਸੁਣਾ ਦਿੰਦਾ ਤਾਂ ਕਈ ਦਿਨਾਂ ਤੱਕ ਨਮਾਜ਼ ਦੇ ਨਾਲ ਬਖਸ਼ਿਸ਼ ਦੀਆਂ ਦੁਆਵਾਂ ਮੰਗ ਕੇ ਵੀ ਉਹ ਇਹ ਸਮਝਦੀ ਕਿ ਉਹਦੀ ਗਲਤੀ ਮaaf ਨਹੀਂ ਹੋਈ ਆਪਣੀ ਮਾਂ ਨੂੰ ਤੁਰੰਤ ਹੀ ਉਹਨੇ ਸਾਰੀ ਗੱਲ ਦੱਸ ਦੇਣੀ ਸੀ ਤੇ ਉਸ ਤੋਂ ਬਾਅਦ ਜੋ ਹੰਗਾਮਾ ਮਚਣਾ ਸੀ ਉਹ ਕਲਪਨਾ ਕਰਕੇ ਸੈਦ ਕੰਬ ਉੱਠਦਾ ظاہر ਹੈ ਕਿ ਸਭ ਉਹਨੂੰ قصوروار ਮੰਨਦੇ ਤੇ ساری ਉਮਰ ਲਈ ਉਹਨਾਂ ਦੇ ਚਰਿੱਤਰ ਉੱਤੇ ਇੱਕ ਬਦਨੂਮਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿ ਉਹ ਸੱਚੇ ਦਿਲ ਨਾਲ ਪ੍ਰੇਮ ਕਰਨਾ ਚਾਹੁੰਦਾ ਹੈ। ਨੰਬਰ 2 ਸੁਗਰਾ ਤੇ ਨੰਬਰ 3 ਨਾਇਮਾ ਦੇ ਬਾਰੇ ਸੋਚਣਾ ਹੀ ਬੇਕਾਰ ਸੀ। ਇਸ ਲਈ ਕੋਈ ਇੱਕ ਕਟੜ ਮੌਲਵੀ ਦੀਆਂ ਧੀਆਂ ਸਨ। ਉਹਨਾਂ ਦੀ ਕਲਪਨਾ ਕਰਦਿਆਂ ਹੀ ਸੈਦ ਦੀਆਂ ਅੱਖਾਂ ਦੇ ਸਾਹਮਣੇ ਉਸ ਮਸਜਿਦ ਦੀਆਂ ਚਟਾਈਆਂ ਆ ਜਾਂਦੀਆਂ ਜਿਨ੍ਹਾਂ ਤੇ ਮੌਲਵੀ ਕੁਦਰਤੁੱਲਾ ਸਾਹਿਬ ਲੋਕਾਂ ਨੂੰ ਨਮਾਜ਼ ਪੜਾਉਣ ਤੇ ਅਜ਼ਾਨ ਦੇਣ ਚ ਰੁੱਝੇ ਰਹਿੰਦੇ ਸਨ। ਇਹ ਲੜਕੀਆਂ ਜਵਾਨ ਤੇ ਖੂਬਸੂਰਤ ਸਨ ਪਰ ਅਜੀਬ ਗੱਲ ਹੈ ਇਹਨਾਂ ਦੇ ਚਿਹਰੇ ਮਹਿਰਬਨੁਮਾ ਸਨ ਜਦ ਸਈਦ ਆਪਣੇ ਘਰ ਬੈਠਾ ਉਹਨਾਂ ਦੀ ਆਵਾਜ਼ ਸੁਣਦਾ ਤਾਂ ਉਹਨੂੰ ਲੱਗਦਾ ਕਿ ਆਦਤ ਅਨੁਸਾਰ ਕੋਈ ਧੀਮੀ ਧੀਮੀ ਸੁਰਾਂ 'ਚ ਦੁਆ ਮੰਗ ਰਿਹਾ ਹੈ ਐਸੀ ਦੁਆ ਜਿਹਦਾ ਮਤਲਬ ਉਹ ਖੁਦ ਵੀ ਨਹੀਂ ਸਮਝਦਾ ਉਹਨੂੰ ਸਿਰਫ ਖੁਦਾ ਨਾਲ ਮੁਹੱਬਤ ਕਰਨਾ ਸਿਖਾਇਆ ਗਿਆ ਸੀ ਇਸ ਲਈ ਸਈਦ ਉਹਨਾਂ ਨਾਲ ਪ੍ਰੇਮ ਕਰਨਾ ਨਹੀਂ ਚਾਹੁੰਦਾ ਸੀ ਉਹ ਇਨਸਾਨ ਸੀ ਜਿਹਨਾਂ ਨੂੰ ਆਪਣੇ ਆਪਣਾ ਦਿਲ ਦੇਣਾ ਚਾਹੁੰਦਾ ਸੀ ਸੁਗਰਾ ਤੇ ਨਈਮਾ ਦੀ ਇਸ ਦੁਨੀਆ 'ਚ ਇਸ ਢੰਗ ਨਾਲ ਪੜ੍ਹਾਈ ਲਿਖਾਈ ਹੋਈ ਸੀ ਕਿਉਂ ਕਿਸੇ ਦੂਸਰੇ ਜਹਾਨ ਦੇ ਨੇਕ ਮਰਦਾਂ ਦੇ ਕੰਮ ਆ ਸਕਣ ਜਦੋਂ ਸੈਦ ਨੇ ਉਹਨਾਂ ਬਾਰੇ ਸੋਚਿਆ ਤਾਂ ਆਪਣੇ ਆਪ ਨੂੰ ਕਿਹਾ ਬਈ ਇਹਨਾਂ ਨਾਲ ਮੈਂ ਇਸ਼ਕ ਨਹੀਂ ਕਰ ਸਕਦਾ ਇਹਨਾਂ ਨੂੰ ਆਖਰਕਾਰ ਦੂਜੇ ਆਤਮੀਆਂ ਦੇ ਹਵਾਲੇ ਕਰਤਾ ਜਾਏਗਾ ਮੈਂ ਇਸ ਦੁਨੀਆ 'ਚ ਗੁਨਾਹ ਵੀ ਕਰਨੇ ਹਨ ਇਸ ਲਈ ਮੈਂ ਇਹ ਜੂਆ ਨਹੀਂ ਖੇਡਣਾ ਚਾਹੁੰਦਾ ਮੈਂ ਇਹ ਨਹੀਂ ਬਰਦਾਸ਼ਤ ਕਰ ਸਕਾਂਗਾ ਕਿ ਇਸ ਦੁਨੀਆ 'ਚ ਜਿਹਨੂੰ ਮੈਂ ਪ੍ਰੇਮ ਕਰਦਾ ਚੰਦ ਗੁਨਾਹਾਂ ਦੇ ਬਦਲੇ ਉਹ ਕਿਸੇ ਪਰਹੇਜ਼ਗਾਰ ਦੇ ਹਵਾਲੇ ਕਰਤੀ ਜਾਏ ਇਸ ਲਈ ਉਹਨੇ ਸੂਚੀ 'ਚੋਂ ਸੁਗਰਾ ਤੇ ਨਾਇਮਾ ਦਾ ਨਾਮ ਕੱਟ ਦਿੱਤਾ ਨੰਬਰ 4 ਪੁਸ਼ਪਾ ਨੰਬਰ 5 ਬਿਮਲਾ ਨੰਬਰ 6 ਰਾਜਕੁਮਾਰੀ ਇਹ ਤਿੰਨ ਲੜਕੀਆਂ ਜਿਨ੍ਹਾਂ ਦਾ ਆਪਸ ਵਿੱਚ ਖੁਦਾ ਜਾਣੇ ਕੀ ਰਿਸ਼ਤਾ ਸੀ ਸਾਹਮਣੇ ਵਾਲੇ ਮਕਾਨ 'ਚ ਰਹਿੰਦੀਆਂ ਸਨ ਪੁਸ਼ਪਾ ਦੇ ਬਾਰੇ ਸੋਚ ਵਿਚਾਰ ਕਰਨਾ ਬਿਲਕੁਲ ਬੇਕਾਰ ਸੀ ਇਸ ਲਈ ਉਹਦਾ ਵਿਆਹ ਹੋਣ ਵਾਲਾ ਸੀ ਇੱਕ ਬਜਾਜ ਦੇ ਨਾਲ ਜਿਹਦਾ ਨਾਂ ਉਹਨਾਂ ਹੀ ਕਹੂਪ ਸੀ ਜਨਾ ਪੁਸ਼ਪਾ ਦਾ ਬਤ ਖੂਬਸੂਰਤ ਉਹ ਅਕਸਰ ਉਹਨੂੰ ਛੇੜਦਾ ਰਹਿੰਦਾ ਸੀ ਤੇ ਖਿੜਕੀ ਵਿੱਚੋਂ ਦੀ ਉਹਨੂੰ ਅਟਕਨ ਦਿਖਾ ਕੇ ਕਿਆ ਕਰਦਾ ਸੀ ਕਿ ਦੱਸ ਤਾਂ ਪੁਸ਼ਪਾ ਮੇਰੀ ਅਟਕਨ ਦਾ ਰੰਗ ਕੈਸਾ ਹੈ ਤੇ ਪੁਸ਼ਪਾ ਦੀਆਂ ਗੱਲਾਂ ਉੱਤੇ ਇੱਕ ਸਕਿੰਟ ਲਈ ਗੁਲਾਬ ਦੀਆਂ ਪੰਖੜੀਆਂ ਜੀਆਂ ਥਰ-ਥਰ ਆ ਜਾਂਦੀਆਂ ਤੇ ਉਹ ਬਹਾਦਰੀ ਨਾਲ ਜਵਾਬ ਦਿੰਦੀ ਨੀਲਾ ਉਹਦੇ ਹੋਣ ਵਾਲੇ ਪਤੀ ਦਾ ਨਾਂ ਕਾਲੂ ਮਲ ਸੀ ਕਿਸ ਤਰ੍ਹਾਂ ਦਾ ਗੈਰ ਸ਼ਾਇਰਾਨਾ ਨਾ ਸੀ ਪਤਾ ਨਹੀਂ ਉਹਦਾ ਨਾਮ ਰੱਖਦੇ ਸਮੇਂ ਉਹਦੇ ਮਾਤਾ ਪਿਤਾ ਨੇ ਕੀ ਭਲਾਈ ਸੋਚੀ ਸੀ ਉਹ ਜਦ ਪੁਸ਼ਪਾ ਤੇ ਕਾਲੂ ਮਲ ਦੇ ਬਾਰੇ ਸੋਚਦਾ ਤਾਂ ਆਪਣੇ ਮਨ 'ਚ ਕਹਿੰਦਾ ਜੇ ਕਿਸੇ ਹੋਰ ਕਾਰਨ ਕਰਕੇ ਉਹਦਾ ਵਿਆਹ ਨਹੀਂ ਰੁਕ ਸਕਦਾ ਤਾਂ ਸਿਰਫ ਇਸ ਕਰਕੇ ਰੋਕ ਦੇਣਾ ਚਾਹੀਦਾ ਕਿ ਪੁਸ਼ਪਾ ਦੇ ਹੋਂਣ ਵਾਲੇ પતિ ਦਾ ਨਾਮ ਬਹੁਤ ਹੀ ਭੱਦਾ ਹੈ ਕਾਲੂ ਮਲ ਇੱਕ ਕਾਲੂ ਤੇ ਫਿਰ ਉਪਰੋਂ ਮਲ ਲਾਹਨਤ ਹੈ ਆਖਰੇ ਦਾ ਕੀ ਮਤਲਬ ਹੋਇਆ ਪਰ ਫਿਰ ਸੋਚਦਾ ਜੇਕਰ ਪੁਸ਼ਪਾ ਦਾ ਵੇ ਕਾਲੂ ਮਲ ਬਜਾਜ ਨਾਲ ਨਾ ਹੋਇਆ ਤਾਂ ਕਿਸੇ ਕਸੀਟਾ ਰਾਮ ਹਲਵਾਈ ਜਾਂ ਕਿਸੇ ਕਰੋੜੀ ਮਲ ਸਰਾਫ ਨਾਲ ਹੋ ਜਾਏਗਾ ਕੁਝ ਵੀ ਹੋਵੇ ਉਹਨੂੰ ਪ੍ਰੇਮ ਨਹੀਂ ਕਰ ਸਕਦਾ ਜੇਕਰ ਕਰਦਾ ਤਾਂ ਉਹਨੂੰ Hindu Muslim ਫਸਾਦ ਹੋਣ ਦਾ ਡਰ ਸੀ ਮੁਸਲਮ ਹੋ ਕੇ Hindu ਲੜਕੀ ਨਾਲ ਪ੍ਰੇਮ ਕਰੇ ਅਵਲ ਤਾਂ ਮੁਹੱਬਤ ਉਹਨਜੀ ਬਹੁਤ ਵੱਡਾ ਜੁਰਮ ਹੈ ਫਿਰ ਮੁਸਲਮਾਨ ਲੜਕੇ ਦੀ Hindu ਲੜਕੀ ਦੀ ਮੁਹੱਬਤ ਨਿੰਮਤੇ ਕਹਿ ਰਿਹਾ ਚੜਨ ਵਾਲੀ ਗੱਲ ਸੀ ਸ਼ਹਿਰ ਕਈ ਹਿੰਦੂ ਮੁਸਲਮ ਫਸਾਦ ਹੋ ਚੁੱਕੇ ਸਨ ਪਰ ਜਿਸ ਗਲੀ ਚ ਸੈਦ ਰਹਿੰਦਾ ਸੀ ਉਹ ਅਣਜਾਣੇ ਕਾਰਨ ਕਰਕੇ ਹੁਣ ਤੱਕ ਦੰਗਿਆਂ ਦੇ ਪ੍ਰਭਾਵ ਤੋਂ ਸੁਰੱਖਿਅਤ ਹੀ ਸੀ ਜੇਕਰ ਉਹ ਪੁਸ਼ਪਾ ਬਿਮਲਾ ਤੇ ਰਾਜਕੁਮਾਰੀ ਨਾਲ ਪ੍ਰੇਮ ਕਰਨ ਦਾ ਇਰਾਦਾ ਕਰ ਲੈਂਦਾ ਤਾਂ ਜ਼ਾਹਿਰ ਹੈ ਕਿ ਦੁਨੀਆ ਦੀਆਂ ਸਾਰੀਆਂ ਗਊਆਂ ਤੇ ਸਾਰੇ ਸੂਰ ਉਸ ਗਲੀ 'ਚ ਇਕੱਠੇ ਹੋ ਜਾਂਦੇ ਹਿੰਦੂ ਮੁਸਲਮ ਫਸਾਦਾਂ ਤੋਂ ਸੈਦ ਨੂੰ ਸਖਤ ਨਫ਼ਰਤ ਸੀ ਇਸ ਕਰਕੇ ਨਹੀਂ ਕਿ ਲੋਕ ਇੱਕ ਦੂਜੇ ਦਾ ਸਿਰ ਪਾੜਦੇ ਨੇ ਤੇ ਲਹੂ ਦੇ ਛਿੱਟੇ ਪੈਂਦੇ ਆ ਨਹੀਂ ਸਗੋਂ ਇਸ ਲੀਕੇ ਨਾਲ ਦੰਗਿਆਂ 'ਚ ਸਿਰ ਬਹੁਤ ਹੀ ਭੱਦੇ ਢੰਗ ਨਾਲ ਪਾੜੇ ਜਾਂਦੇ ਆ ਤੇ ਲਹੂ ਵਰਗੀ ਖੂਬਸੂਰਤ ਚੀਜ਼ ਨੂੰ ਬਹੁਤ ਹੀ ਭੱਦੇ ਢੰਗ ਨਾਲ ਖਿਲਾ ਰਿਆ ਜਾਂਦਾ ਹੈ। ਰਾਜਕੁਮਾਰੀ ਜੋ ਇਹਨਾਂ ਦੋਵਾਂ ਤੋਂ ਛੋਟੀ ਸੀ ਉਹਨਾਂ ਉਹਨੂੰ ਬੇहद ਪਸੰਦ ਸੀ। ਉਹਦੇ ਬੁੱਲ ਜੋ ਸਾਹ ਦੀ ਕਮੀ ਦੇ ਕਾਰਨ ਥੋੜੇ ਜਿ ਖੁੱਲੇ ਰਹਿੰਦੇ ਸਨ ਉਹਨੂੰ ਬੇहद ਪਸੰਦ ਸਨ। ਉਹਨਾਂ ਬੁੱਲਾਂ ਨੂੰ ਦੇਖ ਕੇ ਉਹਨੂੰ ਹਮੇਸ਼ਾ ਖਿਆਲ ਆਉਂਦਾ ਸੀ ਕਿ ਸ਼ਾਇਦ ਇਹ ਉਹਨੂੰ ਛੂ ਕੇ ਨਿਕਲ ਗਿਆ। ਇੱਕ ਵਾਰ ਉਹਨੇ ਰਾਜਕੁਮਾਰੀ ਨੂੰ ਜੋ ਅਜੇ ਆਪਣੀ ਉਮਰ ਦੀ 14ਵੀਂ ਮੰਜ਼ਲ ਤੱਕ ਕਰ ਰਹੀ ਸੀ ਆਪਣੀ ਮਕਾਨ ਦੀ ਤੀਜੀ ਮੰਜ਼ਲ ਤੋਂ ਗੁਸਲਖਾਨੇ 'ਚ ਨਹਾਉਂਦੀ ਦੇਖਿਆ ਸੀ ਆਪਣੇ ਮਕਾਨ ਦੀਆਂ ਛੀਥਾਂ ਥਾਣੇ ਜਦ ਸੈਇਦ ਨੇ ਉਸ ਵੱਲ ਦੇਖਿਆ ਤਾਂ ਉਹਨੂੰ ਮਹਿਸੂਸ ਹੋਇਆ ਕਿ ਉਹਦਾ ਕੋਈ ਬਹੁਤ ਹੀ ਅੱਛਾ ਉੱਤਾ ਖਿਆਲ ਦਿਮਾਗ 'ਚੋਂ ਨਿਕਲ ਕੇ ਸਾਹਮਣੇ ਆ ਖੜਾ ਸੀ ਸੂਰਜ ਦੀਆਂ ਮੋਟੀਆਂ-ਮੋਟੀਆਂ ਕਿਰਨਾਂ ਜਿਨ੍ਹਾਂ ਚਣਗਣ ਤੇ ਚਮਕੀਲੇ ਕਣਾਂ ਦਾ ਛਿੜਕਾ ਹੋ ਰਿਹਾ ਸੀ ਉਹਦੇ ਸੁੰਦਰ ਸਰੀਰ ਤੇ ਫੈਲ ਰਹੀਆਂ ਸਨ ਉਹਨਾਂ ਕਿਰਨਾਂ ਨੇ ਉਹਦੇ ਗੋਰੀ ਸਰੀਰ ਤੇ ਸੋਨੇ ਦਾ ਪੱਤਰਾ ਜਿਹਾ ਛੜਾ ਦਿੱਤਾ ਸੀ ਬਾਲਟੀ ਚ ਜਦੋਂ ਉਹਨੇ ਮੱਗ ਕੱਢਿਆ ਖੜੀ ਹੋ ਕੇ ਆਪਣੇ ਸਰੀਰ ਤੇ ਪਾਣੀ ਪਾਇਆ ਉਹ ਸੋਨੇ ਦੀ ਪਤਲੀ ਵਾਂਗ ਦਿਖਾਈ ਦਿੱਤੀ ਪਾਣੀ ਦੀਆਂ ਮੋਟੀਆਂ-ਮੋਟੀਆਂ ਬੂੰਦਾਂ ਉਹਦੇ ਸਰੀਰ ਤੇ ਡਿੱਗ ਰਹੀਆਂ ਸਨ ਲੱਗਦਾ ਸੀ ਜਿਵੇਂ ਸੋਨਾ ਪਿਗਲ-ਪਿਗਲ ਕੇ ਡਿੱਗ ਰਿਹਾ ਹੋਵੇ ਰਾਜਕੁਮਾਰੀ ਪੁਸ਼ਪਾ ਬੇਮਲਾ ਦੇ ਮੁਕਾਬਲੇ ਹੁਸ਼ਿਆਰ ਸੀ। ਉਹਦੀਆਂ ਪਤਲੀਆਂ-ਪਤਲੀਆਂ ਉਂਗਲਾਂ ਜੋ ਹਰ ਵੇਲੇ ਇਉਂ ਥਿਰਕਦੀਆਂ ਰਹਿੰਦੀਆਂ ਸਨ ਜਿਵੇਂ ਖਿਆਲੀ ਜੁਰਾਬਾਂ ਬੁਣ ਰਹੀਆਂ ਹੋਣ, ਉਹਨੂੰ ਪਸੰਦ ਸੀ। ਉਹਨਾਂ ਉਂਗਲੀਆਂ 'ਚ ਕੌਸ਼ਲ ਸੀ। ਉਸ ਕੌਸ਼ਲ ਦਾ ਪ੍ਰਮਾਣ ਕੁਰਸੀਏ ਤੇ ਸੂਈ ਦੇ ਉਹਨਾਂ ਕੰਮਾਂ 'ਚ ਮਿਲਦਾ ਸੀ ਜੋ ਉਹ ਕਈ ਵਾਰ ਵੇਖ ਚੁੱਕਾ ਸੀ। ਇੱਕ ਵਾਰੀ ਰਾਜਕੁਮਾਰੀ ਦੇ ਹੱਥ ਦਾ ਬੁਣਿਆ ਹੋਇਆ ਮੇਜ਼ਪੋਸ਼ ਵੇਖ ਕੇ ਉਹਨੂੰ ਖਿਆਲ ਆਇਆ ਕਿ ਉਹਨੇ ਆਪਣੇ ਹਿਰਦੇ ਦੀਆਂ ਧੜਕਣਾ ਵੀ ਸਹਿਜ ਸੁਭਾਅ ਦੇ ਨਿੱਕੇ-ਨਿੱਕੇ ਖਾਨਿਆਂ 'ਚ ਗੁੰਦ ਦਿੱਤੀਆਂ ਸਨ। ਇੱਕ ਵਾਰ ਜਦ ਕਿ ਉਹਦੇ ਬਿਲਕੁਲ ਨੇੜੇ ਖੜੀ ਸੀ ਉਹਦੇ ਦਿਲ ਚ ਮੁਹੱਬਤ ਕਰਨ ਦਾ ਵਿਚਾਰ ਪੈਦਾ ਹੋਇਆ ਪਰ ਜਦੋਂ ਨੇ ਰਾਜਕੁਮਾਰੀ ਵੱਲ ਦੇਖਿਆ ਤਾਂ ਉਹਨੂੰ ਮੰਦਰ ਦੇ ਰੂਪ ਚ ਦਿਖਾਈ ਦਿੱਤੇ ਜਿਹਦੀ ਬਗਲ ਚੋ ਖੁਦ ਮਸਜਿਦ ਦੇ ਰੂਪ ਚ ਖੜਾ ਸੀ ਮਸਜਿਦ ਵਿੱਚ ਮੰਦਰ ਵਿੱਚ ਕਿਵੇਂ ਦੋਸਤੀ ਹੋ ਸਕਦੀ ਹੈ ਗਲੀ ਦੀਆਂ ਬਹੁਤੀਆਂ ਲੜਕੀਆਂ ਦੇ ਮੁਕਾਬਲੇ ਉਹ Hindu ਲੜਕੀ ਬૌਧਿਕ ਦ੍ਰਿਸ਼ਟੀ ਤੋਂ ਉੱਚੀ ਸੀ ਉਹਦਾ ਮੱਥਾ ਜਿਸ ਉਤੇ ਹਰ ਵੇਲੇ ਇੱਕ ਮਾਮੂਲੀ ਜਿਹਾ ਵਲ ਗਹਿਰਾਈ ਧਾਰਨ ਕਰਨ ਦਾ ਇਰਾਦਾ ਰੱਖਦਾ ਸੀ ਉਹਨੂੰ ਬਹੁਤ ਹੀ ਚੰਗਾ ਲੱਗਦਾ ਸੀ ਉਹਦਾ ਮੱਥਾ ਦੇਖ ਕੇ ਉਹ ਮਾਨੀ ਮਨ ਚ ਕੀ ਕਰਦਾ ਸੀ ਜੇ ਭੂਮਿਕਾ ਇੰਨੀ ਦਿਲਚਸਪ ਹੈ ਤਾਂ ਪਤਾ ਨਹੀਂ ਕਿਤਾਬ ਕਿੰਨੀ ਸੁੰਦਰ ਹੋਏਗੀ ਮਗਰ ਇਹ ਮਗਰ ਉਹਦੀ ਜ਼ਿੰਦਗੀ 'ਚ ਮਗਰ ਸੱਚਮੁੱਚ ਹੀ ਮਗਰ ਬਣ ਕੇ ਮਤਲਬ ਮਗਰ ਬਚ ਮਨ ਕੇ ਰਹਿ ਗਿਆ ਸੀ ਜੋ ਉਹਨੂੰ ਗੋਤਾ ਲਗਾਉਣ ਤੋਂ ਹਮੇਸ਼ਾ ਬਾਝ ਰੱਖਦਾ ਸੀ ਨੰਬਰ 7 ਫਾਤਿਮਾ ਉਰਫਾ ਤੋ ਖਲੀ ਨਹੀਂ ਸੀ ਉਹਦੇ ਦੋਵੇਂ ਹੱਥ ਮੁਹੱਬਤ ਨਾਲ ਭਰੇ ਸਨ ਇੱਕ ਕਮਜ਼ਦ ਨਾਲ ਜੋ ਵਰਕਸ਼ਾਪ ਚ ਲੋਹੇ ਦਾ ਕੰਮ ਕਰਦਾ ਸੀ ਤੇ ਦੂਜਾ ਉਹਦੇ ਚਚੇਰੇ ਭਰਾ ਨਾਲ ਜੋ ਦੋ ਬੱਚਿਆਂ ਦਾ ਪਿਤਾ ਸੀ ਫਾਤਿਮਾ ਉਰਫਾ ਤੋ ਨਾ ਦੋਹਾਂ ਨਾਲ ਇਸ਼ਕ ਕਰ ਰਹੀ ਸੀ ਜਿਵੇਂ ਇੱਕ ਪਤੰਗ ਨਾਲ ਦੋ ਪੇਚ ਲੜਾਰੇ ਹੋਵੇ ਇੱਕ ਪਤੰਗ ਚ ਦੋ ਪਤੰਗਾਂ ਉਲਝ ਜਾਣ ਤਾਂ ਕਾਫੀ ਦਿਲਚਸਪੀ ਪੈਦਾ ਹੋ ਜਾਂਦੀ ਹੈ ਤੇ ਜੇ ਤਿਗੜੀ ਚ ਇੱਕ ਹੋਰ ਪੇਚ ਵੱਜ ਜਾਏ ਤਾਂ ਜ਼ਾਹਿਰ ਹੈ ਕਿ ਉਲਝਾ ਇੱਕ ਫੁੱਲ ਭੁਲੇਖਿਆਂ ਦਾ ਰੂਪ ਧਾਰਨ ਕਰ ਲਏਗਾ ਇਸ ਤਰ੍ਹਾਂ ਦਾ ਉਲਝਾਸ ਸੈਇਦ ਨੂੰ ਪਸੰਦ ਨਹੀਂ ਸੀ ਇਹਦੇ ਇਲਾਵਾ ਫਤੋ ਜਿਸ ਤਰ੍ਹਾਂ ਦੀ ਮੁਹੱਬਤ ਵਿੱਚ ਗ੍ਰਿਫਤਾਰ ਸੀ ਬਹੁਤੀ ਹੀ ਹੇਟਲੀ ਪੱਦਰਦੀ ਸੀ ਜਦ ਸੈਇਦ ਇਸ ਤਰ੍ਹਾਂ ਦੀ ਮੁਹੱਬਤ ਦੀ ਕਲਪਨਾ ਕਰਦਾ ਤਾਂ ਪੁਰਾਣੀਆਂ ਪ੍ਰੇਮ ਕਹਾਣੀਆਂ ਦੀ ਇੱਕ ਬੁੱਢੀ ਫੁਫੇ ਘੁੱਟਣੀ ਪੀਲੇ ਕਾਗਜ਼ਾਂ ਦੀ ਦੁਰਗੰਧ ਭਰੇ ਢੇਰ ਚੋਂ ਨਿਕਲ ਕੇ ਉਹਦੀਆਂ ਅੱਖਾਂ ਸਾਹਮਣੇ ਹੱਥ ਵਿੱਚ ਲਾਠੀ ਲਈ ਆ ਜਾਂਦੀ ਤੇ ਉਸ ਵੱਲ ਇਸ ਤਰ੍ਹਾਂ ਦੇਖਦੀ ਜਿਵੇਂ ਕਹਿਣਾ ਚਾਹੁੰਦੀ ਹੋਵੇ ਮੈਂ ਅਸਮਾਨ ਦੇ ਤਾਰੇ ਤੋੜ ਕੇ ਲਿਆ ਸਕਦੀਆਂ 10 ਤੇਰੀ ਨਜ਼ਰ ਕਿਸ ਲੋਂਡੀਆ ਮਤਲਬ ਕੁੜੀ ਤੇ ਹੈ ਇਹਨ ਚੁਟਕੀ ਪਰ ਤੇ ਤੈਨੂੰ ਮਿਲਾ ਦਿਆਂਗੀ ਉਸ ਬੁੱਢੀ ਦੀ ਕਲਪਨਾ ਦੇ ਸਹਾਰੇ ਉਹ ਬਹਿਸ਼ਤ ਬਾਰੇ ਸੋਚਦਾ ਜਾਂ ਜ਼ਾਹਰਾ ਪੀਰ ਤੇ ਦਾਤਾ ਗੰਜ ਦਾ ਮਜ਼ਾਰ ਉਹਦੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਜਿੱਥੇ ਉਹ ਬੁੱਢੀ ਉਹਦੀ ਪ੍ਰੇਮਿਕਾ ਨੂੰ ਕਿਸੇ ਬਹਾਨੇ ਨਾਲ ਲਿਆ ਸਕਦੀ ਸੀ ਇਸ ਖਿਆਲ ਦੇ ਆਉਂਦੀ ਹੀ ਉਹਦੀ ਮੁਹੱਬਤ ਦਾ ਸਾਰਾ ਜਜ਼ਬਾ ਸਿਮਟ ਜਾਂਦਾ ਇੱਕ ਜਈ ਕਬਰ ਦਾ ਰੂਪ ਤਰਨ ਕਰ ਲੈਂਦਾ ਜਿਸ ਉਤੇ ਹਰੇ ਰੰਗ ਦੀ ਚਾਦਰ ਚੜ੍ਹੀ ਹੋਵੇ ਤੇ ਸੰਕੜੇ ਹਾਰ ਉਸਤੇ ਖਿਲਰੇ ਹੋਣ ਕਦੇ ਕਦੇ ਉਹਨੂੰ ਇਹ ਖਿਆਲ ਵੀ ਆਉਂਦਾ ਕਿ ਜੇ ਫਫੇ ਕੁੱਟਣੀ ਸਫਲ ਰਹੀ ਤਾਂ ਕੁਝ ਹੀ ਦਿਨਾਂ ਤੋਂ ਬਾਅਦ ਉਸ ਮਹੱਲੇ 'ਚ ਮੇਰਾ ਜਨਾਜ਼ਾ ਨਿਕਲੇਗਾ ਤੇ ਦੂਜੇ ਮਹੱਲੇ 'ਚ ਮੇਰੀ ਪ੍ਰੇਮਿਕਾ ਦਾ ਇਹ ਦੋਵੇਂ ਜਨਾਜ਼ੇ ਰਸਤੇ 'ਚ ਟਕਰਾਉਣਗੇ ਤੇ ਦੋ ਤਬੂਤਾਂ ਦਾ ਇੱਕ ਤਬੂਤ ਬਣ ਜਾਏਗਾ ਜੰਮ ਪ੍ਰੇਮ ਕਹਾਣੀਆਂ ਦੇ ਅੰਤ ਵਾਂਗ ਜਦ ਮੈਨੂੰ ਤੇ ਮੇਰੀ ਪ੍ਰੇਮਿਕਾ ਨੂੰ ਦਫਨਾਇਆ ਜਾਏਗਾ ਤੇ ਇੱਕ ਚਮਤਕਾਰ ਹੋਏਗਾ ਤੇ ਦੋਵੇਂ ਕਬਰਾਂ ਆਪਸ ਵਿੱਚ ਮਿਲ ਜਾਣਗੀਆਂ ਕੋਈ ਵੀ ਸੋਚਦਾ ਕਿ ਜੇ ਉਹ ਮਰ ਗਿਆ ਤੇ ਉਹਦੀ ਪ੍ਰੇਮਿਕਾ ਕਿਸੇ ਕਾਰਨ ਕਰਕੇ ਜਾਨ ਨਾ ਦੇ ਸકી ਤਾਂ ਹਰ ਜੁਮੇ ਰਾਤ ਨੂੰ ਦੋ ਨਾਜ਼ੁਕ ਹੱਥੋਂ ਦੀ ਕਬਰ ਤੇ ਫੁੱਲ ਚੜਾਇਆ ਕਰਨਗੇ ਤੇ ਦੀਵਾ ਵੀ ਬਲਿਆ ਕਰੇਗਾ ਵਾਲ ਖੋਲ ਕੇ ਆਪਣੇ ਆਪਣਾ ਸਿਰ ਕਬਰ ਨਾਲ ਮਾਰੇਗੀ ਤੇ ਕਬਰਾਂ ਬਣਾਉਣ ਵਾਲਾ ਇੱਕ ਹੋਰ ਤਸਵੀਰ ਬਣਾ ਦੇਗਾ ਜਿਹਦੇ ਹੇਠ ਲਿਖਿਆ ਹੋਏਗਾ ਹਾਈ ਇਸ ਜ਼ੂਦ ਪਸ਼ੇਮਾ ਕਾ ਪਸ਼ੇਮਾ ਹੋਣਾ ਜਨ ਕੋਈ ਸ਼ਾਇਰੀ ਖੁਰ ਗਜ਼ਲ ਲਿਖ ਦੇਗਾ ਜਿਨੂ ਕੇ ਜ਼ਮਾਨੇ ਤੱਕ ਤमाशबीन ਤਬਲੇ ਦੀ ਥਾਪ ਨਾਲ ਸੁਣਦੇ ਰਹਿਣਗੇ ਉਸ ਗਜ਼ਲ ਦੇ ਸ਼ੇਰ ਇਸ ਤਰ੍ਹਾਂ ਦੇ ਹੋਣਗੇ ਮੇਰੀ ਲਹਦ ਮਤਲਬ ਕਬਰ पे ਕੋਈ ਪਰਦਾ ਪੋਸ਼ਾਤਾ ਹੈ ਚਿਰਾਗ ਗੋਰੀ ਗਰੀਬਾਂ ਸਬਾ 부ਝਾ ਦੇਨਾ ਅਜੇਸ਼ ਸ਼ੇਰ ਜਦ ਕਦੀ ਉਸੇ ਗਜ਼ਲ ਚ ਦੇਖਦਾ ਤਾਂ ਇਸ ਨਤੀਜੇ ਤੇ ਪਹੁੰਚਦਾ ਕਿ ਇਸ਼ਕ ਗੋਰਕਨ ਮਤਲਬ ਕਬਰ ਪੁੱਟਣ ਵਾਲਾ ਹੈ ਜੋ ਹਰ ਸਮੇਂ ਮੋਢੇ ਉੱਤੇ ਕੁੰਦਾਲ ਰੱਖ ਕੇ ਆਸ਼ਕਾਂ ਦੀਆਂ ਕਬਰਾਂ ਖੋਦਣ ਲਈ ਤਿਆਰ ਰਹਿੰਦਾ ਹੈ ਇਹ ਸੇਸ਼ਕ ਨਾਲ ਉਹ ਸੇਸ਼ਕ ਦਾ ਮੁਕਾਬਲਾ ਕਰਦਾ ਜਿਹਦੀ ਕਲਪਨਾ ਉਹਦੇ ਆਪਣੇ ਮਨ 'ਚ ਸੀ ਦੋਵਾਂ 'ਚ ਜ਼ਮੀਨ ਅਸਮਾਨ ਦਾ ਅੰਤਰ ਦੇਖਦਾ ਤਾਂ ਸੈਦ ਸੋਚਦਾ ਕਿ ਜਾਂ ਤਾਂ ਉਹਦਾ ਦਿਮਾਗ ਖਰਾਬ ਹੈ ਜਾਂ ਉਹ ਵਿਵਸਥਾ ਹੀ ਖਰਾਬ ਹੈ ਜਿਸ 'ਚ ਉਹ ਸਾਹ ਲੈ ਰਿਹਾ ਹੈ ਸੈਦ ਜੇ ਕੋਈ ਦੀਵਾਨ ਖੋਲਦਾ ਤਾਂ ਉਹਨੂੰ ਮਹਿਸੂਸ ਹੁੰਦਾ ਕਿ ਉਹ ਕਿਸੇ ਕਸਾਈ ਦੀ ਦੁਕਾਨ 'ਚ ਦਖਲ ਹੋ ਗਿਆ ਹੈ ਹਰ ਸ਼ੇਰ ਨੂੰ ਬਿਨਾ ਖੱਲ ਦਾ ਬੱਕਰਾ ਦਿਖਾਈ ਦਿੰਦਾ ਸੀ ਜਿਹਦਾ ਗੋਸ਼ਤ ਚਰਬੀ ਸਮੇਤ ਬਦਬੂ ਪੈਦਾ ਕਰ ਰਿਹਾ ਹੋਵੇ ਹਰ ਗਲ ਜ਼ਬਾਨ ਤੇ ਖਾਸ ਸਵਾਦ ਪੈਦਾ ਕਰਦੀ ਜਦੋਂ ਇਸ ਤਰ੍ਹਾਂ ਸ਼ੇਰ ਪੜਦਾ ਤਾਂ ਉਹਦੀ ਜ਼ਬਾਨ ਤੇ ਉਹੀ ਸਵਾਦ ਪੈਦਾ ਹੁੰਦਾ ਜੋ ਉਹ ਕੁਰਬਾਨੀ ਦਾ ਗੋਸ਼ਤ ਖਾਦੇ ਖਾਂਦੇ ਸਮੇਂ ਮਹਿਸੂਸ ਕਰਿਆ ਕਰਦਾ ਸੀ ਉਹ ਸੋਚਦਾ ਜੇ ਸੂਬੇ ਚ ਆਬਾਦੀ ਦਾ ਚੌਥਾ ਹਿੱਸਾ ਸ਼ਾਇਰ ਹਨ ਤੇ ਜੈ ਸ਼ੇਰ ਕਹਿੰਦੇ ਹਨ ਉਥੇ ਮੁਹੱਬਤ ਹਮੇਸ਼ਾ ਗੋਸ਼ਤ ਦੇ ਲੋਟ ਥੜੇ ਦੇ ਹੀਟਾ ਦੱਬੀ ਰਹੇਗੀ ਇਹ ਨਿਰਾਸ਼ਾ ਕਿਸੇ ਨਾ ਕਿਸੇ ਕਾਰਨ ਇੱਕ ਦੋ ਦਿਨਾਂ ਬਾਅਦ ਗਾਇਬ ਹੋ ਜਾਂਦੀ ਫਿਰ ਉਹ ਨਵੀਂ ਤਾਜ਼ਗੀ ਦੇ ਨਾਲ ਆਪਣੀ ਮੁਹੱਬਤ ਤੇ ਸਵਾਲ ਤੇ ਸੋਚ ਵਿਚਾਰ ਕਰਨਾ ਸ਼ੁਰੂ ਕਰ ਦਿੰਦਾ ਨੰਬਰ 8 ਜ਼ੁਬੈਦਾ ਉਰਫ ਬੀਦੀ ਭਰੇ ਭਰੇ ਹੱਥਾਂ ਪੈਰਾਂ ਵਾਲੀ ਲੜਕੀ ਸੀ ਦੂਰੋਂ ਦੇਖ ਗੁੰਨੇ ਹੋਏ ਮੈਦੇ ਦਾ ਇੱਕ ਢੇਰ ਦਿਖਾਈ ਦਿੰਦੇ ਸੀ ਗਲੀ ਦੇ ਇੱਕ ਲੜਕੇ ਨੇ ਉਹਨੂੰ ਇੱਕ ਵਾਰ ਅੱਖ ਮਾਰੀ ਬਿਚਾਰੇ ਨੇ ਇਸ ਤਰ੍ਹਾਂ ਆਪਣੇ ਇਸ਼ਕ ਦੀ ਸ਼ੁਰੂਆਤ ਕੀਤੀ ਸੀ ਪਰ ਉਹਨੂੰ ਲੈਣੇ ਦੇ ਦੇਣੇ ਪਾ ਗਏ ਲੜਕੀ ਨੇ ਆਪਣੀ ਮਾਂ ਨੂੰ ਸਾਰੀ ਰਾਮ ਕਹਾਣੀ ਸੁਣਾ ਦਿੱਤੀ ਮਾਂ ਨੇ ਆਪਣੇ ਲੜਕੇ ਨਾਲ ਗੁਪਤ ਢੰਗ ਨਾਲ ਗੱਲ ਕੀਤੀ ਤੇ ਉਹਨੂੰ ਸ਼ਰਮਿੰਦਾ ਕੀਤਾ ਜਿਸ ਦਾ ਨਤੀਜਾ ਇਹ ਹੋਇਆ ਇੱਕ ਅੱਖ ਮਾਰਨ ਦੇ ਦੂਜੇ ਦਿਨ ਸ਼ਾਮ ਨੂੰ ਜਦ ਅਬਦੁਲ ਗਨੀ ਸਾਹਿਬ ਹਕੀਮੀ ਹਕਮਤ ਸਿੱਖ ਕੇ ਵਾਪਸ ਆਏ ਤਾਂ ਉਹਦੀਆਂ ਦੋਵੇਂ ਅੱਖਾਂ ਸੁੱਜੀਆਂ ਹੋਈਆਂ ਸਨ ਕਹਿੰਦੇ ਹਨ ਕਿ ਜ਼ੁਬੈਦਾ ਉਰਫ ਬੀਦੀ ਚੱਕ ਥਾਣੇ ਤਮਾਸ਼ਾ ਦੇਖ ਕੇ ਬਹੁਤ ਖੁਸ਼ ਹੋਈ ਸੈਦ ਨੂੰ ਆਪਣੀਆਂ ਅੱਖਾਂ ਬਹੁਤ ਪਿਆਰੀਆਂ ਸਨ ਇਸ ਲਈ ਉਹ ਜ਼ਬੈਦਾ ਦੇ ਬਾਰੇ ਵਿੱਚ ਇੱਕ ਪਲ ਲਈ ਵੀ ਨਹੀਂ ਸੋਚਣਾ ਚਾਹੁੰਦਾ ਸੀ ਅਬਦੁਲ ਗਨੀ ਨੇ ਅੱਖ ਮਾਰ ਕੇ ਪ੍ਰੇਮ ਦਾ ਆਰੰਭ ਕਰਨਾ ਚਾਹਿਆ ਸੀ ਸੈਦ ਨੂੰ ਇਹ ਟੰਗ ਬਾਜ਼ਾਰੂ ਲੱਗਦਾ ਸੀ ਉਹ ਜੇ ਉਹਨੂੰ ਆਪਣੀ ਮੁਹੱਬਤ ਦਾ ਸੰਦੇਸ਼ ਦੇਣਾ ਚਾਹੁੰਦਾ ਤੇ ਆਪਣੀ ਜ਼ੁਬਾਨ ਦਾ ਪ੍ਰਯੋਗ ਕਰਦਾ ਤਾਂ ਦੂਜੇ ਦਿਨ ਹੀ ਕੱਟ ਦਿੱਤੀ ਜਾਂਦੀ ਇਹ ਚੀਰ ਫਾੜ ਕਰਨ ਤੋਂ ਪਹਿਲਾਂ ਜ਼ਬੈਦਾ ਦਾ ਭਰਾ ਕਦੀ ਨਾ ਪੁੱਛਦਾ ਕਿ ਕੀ ਗੱਲ ਹੈ ਬਸ ਉਹ ਇੱਜ਼ਤ ਤੇ ਸ਼ਰਮ ਹਿਆ ਦੇ ਨਾਂ ਤੇ ਛੁਰੀ ਚਲਾ ਦਿੰਦਾ ਉਹਨੂੰ ਇਹਦਾ ਕਦੇ ਖਿਆਲ ਨਾ ਆਉਂਦਾ ਕਿ ਉਹ 6 ਲੜਕੀਆਂ ਦੀ ਇੱਜ਼ਤ ਲੁੱਟ ਚੁੱਕਿਆ ਜਿਨ੍ਹਾਂ ਦੀਆਂ ਕਹਾਣੀਆਂ ਬਹੁਤ ਹੀ ਮਜ਼ੇ ਨਾਲ ਆਪਣੇ ਦੋਸਤਾਂ ਨੂੰ ਸੁਣਾਇਆ ਕਰਦਾ ਸੀ ਨੰਬਰ 9 ਜਿਹਦਾ ਨਾਂ ਉਹਨੂੰ ਪਤਾ ਨਹੀਂ ਸੀ ਪਸ਼ਮੀਨੇ ਦੇ ਸੌਦਾਗਰਾਂ ਦੇ ਘਰ ਨੌਕਰ ਸੀ ਇੱਕ ਵੱਡਾ ਘਰ ਸੀ ਜਿਸ ਵਿੱਚ ਚਾਰ ਭਰਾ ਰਹਿੰਦੇ ਸਨ ਇੱਕ ਲੜਕੀ ਜੋ ਕਸ਼ਮੀਰ ਵਿੱਚ ਜਨਮੀ ਸੀ ਉਹਨਾਂ ਚਾਰੇ ਭਰਾਵਾਂ ਲਈ ਸਰਦੀਆਂ 'ਚ ਸ਼ਾਲ ਦਾ ਕੰਮ ਦਿੰਦੀ ਸੀ ਗਰਮੀਆਂ 'ਚ ਉਹ ਸਭ ਕਸ਼ਮੀਰ ਚਲੇ ਜਾਂਦੇ ਉਹ ਆਪਣੀ ਕਿਸੇ ਦੂਰ ਦੀ ਰਿਸ਼ਤੇਦਾਰ ਔਰਤ ਕੋਲ ਚਲੀ ਜਾਂਦੀ ਉਹ ਲੜਕੀ ਜੋ ਔਰਤ ਬਣ ਚੁੱਕੀ ਸੀ ਦਿਨ 'ਚ ਇੱਕ ਦੋ ਵਾਰ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਉਹ ਲੰਘਦੀ ਸੀ ਤੇ ਉਹਨੂੰ ਦੇਖ ਕੇ ਉਹ ਹਮੇਸ਼ਾ ਖਿਆਲ ਕਰਦਾ ਸੀ ਕਿ ਉਹ ਨਹੀਂ ਕੋਈ ਔਰਤ ਨਹੀਂ ਤਿੰਨ ਚਾਰ ਔਰਤਾਂ ਇਕੱਠੀਆਂ ਦੇਖੀਆਂ ਉਸ ਲੜਕੀ ਦੇ ਸਬੰਧ ਵਿੱਚ ਜਿਹਦੇ ਵਿਆਹ ਦੇ ਬਾਰੇ 'ਚ ਹੁਣ ਚਾਰੇ ਪਰਾ ਚਿੰਤਤ ਸਨ ਉਹਨੇ ਕਈ ਵਾਰ ਗੌਰ ਕੀਤਾ ਉਹਦੀ ਹਿੰਮਤ ਦਾ ਬਹੁਤ ਕਾਇਲ ਸੀ ਕਿ ਉਹ ਘਰ ਦਾ ਸਾਰਾ ਕੰਮ ਇਕੱਲੀ ਸੰਭਾਲਦੀ ਹੈ ਉਹਨਾਂ 400 ਦਾਗਰ ਭਰਾਵਾਂ ਦੀ ਇੱਕ ਇੱਕ ਕਰਕੇ ਸੇਵਾ ਕਰਦੀ ਸੀ ਦੇਖਣ ਨੂੰ ਖੁਸ਼ ਜਾਂਦੀ ਸੀ ਉਹਨਾਂ 400 ਦਾਗਰ ਭਰਾਵਾਂ ਨੂੰ ਜਿਨ੍ਹਾਂ ਨਾਲ ਉਹਨਾਂ ਦਾ ਉਹਦਾ ਸਰੀਰਕ ਸਬੰਧ ਸੀ ਉਹ ਇੱਕ ਦੀ ਨਜ਼ਰ ਨਾਲ ਦੇਖਦੀ ਸੀ ਉਹਦੀ ਜ਼ਿੰਦਗੀ ਜਿਵੇਂ ਕਿ ਸਪਸ਼ਟ ਹੈ ਇੱਕ ਅਜੀਬੋ ਗਰੀਬ ਖੇਡ ਸੀ ਜਿਸ ਤੇ ਚਾਰ ਆਦਮੀ ਬਰਾਬਰ ਦਾ ਹਿੱਸਾ ਲੈ ਰਹੇ ਸਨ ਉਹਨਾਂ ਨੂੰ ਹਰ ਇੱਕ ਨੂੰ ਇਹ ਸਮਝਣਾ ਪੈਂਦਾ ਸੀ ਕਿ ਬਾਕੀ ਬੇਬਕੂਫ ਹਨ ਤੇ ਜਦ ਉਸ ਲੜਕੀ ਦੇ ਨਾਲ ਉਹਨਾਂ ਵਿੱਚੋਂ ਕੋਈ ਮਿਲ ਜਾਂਦਾ ਤੋ ਦੋਵੇਂ ਮਿਲ ਕੇ ਸਮਝਦੇ ਹੋਣਗੇ ਕਿ ਘਰ 'ਚ ਜਿੰਨੇ ਆਦਮੀ ਰਹਿੰਦੇ ਆ ਸਾਰੇ ਅੰਨੇ ਆ ਪਰ ਕਿ ਉਹ ਖੁਦ ਅੰਨੀ ਨਹੀਂ ਸੀ ਇਸ ਸਵਾਲ ਦਾ ਜਵਾਬ ਸੈਇਦ ਨੂੰ ਨਹੀਂ ਮਿਲਦਾ ਸੀ ਜੇ ਉਹ ਅੰਨੀ ਨਾ ਹੁੰਦੀ ਤਾਂ ਇੱਕ ਹੀ ਸਮੇਂ ਚਾਰ ਆਦਮੀਆਂ ਨਾਲ ਸਬੰਧ ਨਾ ਪੈਦਾ ਕਰਦੀ ਬਹੁਤ ਸੰਭਵ ਹੈ ਕਿ ਉਹਨਾਂ ਚੌਹਾਂ ਨੂੰ ਇੱਕੋ ਜਿਹੀ ਸਮਝਦੀ ਹੋਵੇ ਕਿਉਂਕਿ ਮਰਦ ਤੇ ਔਰਤ ਦਾ ਸਰੀਰਕ ਸਬੰਧ ਆਮ ਤੌਰ ਤੇ ਇੱਕੋ ਜਿਹਾ ਹੀ ਹੁੰਦਾ ਹੈ ਉਹ ਆਪਣੀ ਜ਼ਿੰਦਗੀ ਦੇ ਦਿਨ ਬਹੁਤ ਹੀ ਮਜ਼ੇ ਨਾਲ ਬਤਾਉਂਦੀ ਸੀ ਚਾਰ ਨੌਜਵਾਨ ਭਰਾ ਉਹਨੂੰ ਚੁੱਪ-ਚੁੱਪ ਕੇ ਕੁਝ ਨਾ ਕੁਝ ਜ਼ਰੂਰ ਦਿੰਦੇ ਹੋਣਗੇ ਕਿਉਂਕਿ ਮਰਦ ਜਦ ਕਿਸੇ ਔਰਤ ਦੇ ਨਾਲ ਕੁਝ ਸਮਾਂ ਆਨੰਦ ਲਈ ਇਕਾਂਤ ਬਤਾਉਂਦਾ ਹੈ ਤਾਂ ਉਹਦੇ ਮਨ ਚੋਂ ਦੀ ਕੀਮਤ ਅਦਾ ਕਰਨ ਦੀ ਇੱਛਾ ਜ਼ਰੂਰ ਪੈਦਾ ਹੁੰਦੀ ਹੈ ਕਿਉਂਕਿ ਇੱਛਾ ਆਮ ਤੌਰ ਤੇ ਇੱਕ ਇਕਾਂਤ ਪ੍ਰਾਪਤ ਕਰਨ ਤੋਂ ਪਹਿਲਾਂ ਪੈਦਾ ਹੁੰਦੀ ਹੈ ਇਸ ਲਈ ਵਧੇਰੇ ਸਫਲ ਸਿੱਧ ਹੁੰਦੀ ਹੈ ਸੈਦ ਨੂੰ ਅਕਸਰ ਬਾਜ਼ਾਰ 'ਚ ਸ਼ਾਹਬੁੱਦੀਨ ਹਲਵਾਈ ਦੀ ਦੁਕਾਨ ਤੇ ਖੀਰ ਖਾਂਦੇ ਜਾਂ ਭਾਈ ਕੇਸਰ ਸਿੰਘ ਸੇਵਾਦਾਰ ਦੀ ਦੁਕਾਨ ਦੇ ਕੋਲ ਫਲ ਖਾਂਦੇ ਦੇਖਦਾ ਸੀ। ਉਹਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਸੀ ਤੇ ਫਿਰ ਜਿਸ ਆਜ਼ਾਦੀ ਨਾਲ ਉਹ ਫਲ ਤੇ ਖੀਰ ਖਾਂਦੀ ਸੀ, ਉਹ ਤੋਂ ਪਤਾ ਲੱਗਦਾ ਸੀ ਕਿ ਉਹਨਾਂ ਦਾ ਇੱਕ 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 ਕਣ ਹਜ਼ਮ ਕਰਨ ਦਾ ਇਰਾਦਾ ਰੱਖਦੀ ਹੈ। ਇੱਕ ਵਾਰੀ ਜਦੋਂ ਸੈਦ ਸ਼ਾਹਬੁੱਦੀਨ ਦੀ ਦੁਕਾਨ ਤੇ ਫਲੂਦਾ ਖਾ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਉਹਨੂੰ ਕਿਵੇਂ ਹਜ਼ਮ ਕਰੇਗਾ। ਪੁਆਈ ਤੇ ਚਾਰਾਂ ਨੇ ਦੀ ਖੀਰ ਚ ਕਾਨੇ ਦੀ ਰਬੜੀ ਪਵਾ ਕੇ 2 ਮਿੰਟਾਂ ਚ ਸਾਰੀ ਪਲੇਟ ਚਟ ਕਰ ਗਈ। ਇਹ ਦੇਖ ਕੇ ਸੈਦ ਨੂੰ ਈਰਖਾ ਹੋਈ ਜਦੋਂ ਚਲੀ ਗਈ ਸ਼ਾਹਬੁੱਦੀਨ ਦੇ ਮੈਲੇ ਬੁੱਲਾਂ ਤੇ ਇੱਕ ਮੈਲੀ ਜੀ ਮੁਸਕਾਨ ਪੈਦਾ ਹੋਈ ਤੇ ਉਹਨੇ ਕਿਸੇ ਨੂੰ ਵੀ ਜੋ ਸੁਣ ਲਵੇ ਸੰਬੋਧਿਤ ਕਰਦੇ ਹੋਏ ਕਿ ਸਾਲੀ ਮਜ਼ੇ ਕਰ ਰਹੀ ਹੈ। ਇਹ ਸੁਣ ਕੇ ਉਹਨੇ ਲੜਕੀ ਵੱਲ ਦੇਖਿਆ ਜੋ ਲੱਕ ਮਟਕਾਉਂਦੀ ਫਲਾਂ ਦੀ ਦੁਕਾਨ ਦੇ ਕੋਲ ਪਹੁੰਚ ਚੁੱਕੀ ਸੀ ਤੇ ਸ਼ਾਇਦ ਭਾਈ ਕੇਸਰ ਸਿੰਘ ਦੀ ਦਾੜ੍ਹੀ ਦਾ ਮਜ਼ਾਕ ਉਡਾਰ ਰਹੀ ਸੀ। ਉਹ ਹਰ ਸਮੇਂ ਖੁਸ਼ ਰਹਿੰਦੀ ਸੀ ਤੇ ਉਹਨੂੰ ਪ੍ਰਸੰਨ ਵੇਖ ਕੇ ਸੈਇਦ ਨੂੰ ਬਹੁਤ ਦੁੱਖ ਹੁੰਦਾ ਸੀ। ਪਤਾ ਨਹੀਂ ਕਿਉਂ ਉਹਦੇ ਮਨ 'ਚ ਇੱਕ ਅਜੀਬ ਜਿਹੀ ਇੱਛਾ ਪੈਦਾ ਹੁੰਦੀ ਸੀ ਕਿ ਉਹ ਖੁਸ਼ ਨਾ ਰਹੇ। ਸਨ 1930 ਦੇ ਆਰੰਭ ਤੱਕ ਉਹ ਉਸ ਲੜਕੀ ਦੇ ਬਾਰੇ ਹੀ ਸੋਚਦਾ ਰਿਹਾ ਕਿ ਉਸ ਨਾਲ ਪ੍ਰੇਮ ਨਹੀਂ ਕੀਤਾ ਜਾ ਸਕਦਾ। ਧੰਨਵਾਦ। ਚੱਲਦਾ